ਇਹ ਸਾਰਾ ਰਵੀ ਨੇ ਜਿਗਾੜ ਲਾਇਆ, ਇੱਟਾਂ ਬਣੀਆਂ ਪਈਆਂ ਡੰਡੇ ਨੇ। ਇਹ ਲੈ ਕਿੰਨੇ ਦਿਨਾਂ ਬਾਅਦ ਦੇਖਿਆ ਨਾ ਨੀ, ਸਾਰੇ ਵਧੀਆ ਹੋਵੋਗੇ। ਤੇ ਪਿਛਲੇ ਬਲੌਗਾਂ ਨੂੰ ਤੁਸੀਂ ਪਿਆਰ ਘੱਟ ਦੇ ਰਹੇ, ਮੈਨੂੰ ਲੱਗਦਾ ਤੁਹਾਨੂੰ ਵਧੀਆ ਨੀ ਲੱਗਦੇ ਪਏ, ਹਨਾ ਉਹਨੇ ਇਹੀ ਗੱਲਬਾਤ। ਚਲੋ ਕੋਈ ਗੱਲ ਨੀ, ਤੁਹਾਡਾ ਸ਼ੇਰ ਪਿਆਰ ਸਿਰ ਮੱਥੇ ਦਿਲ ਲੱਗਦਾ ਪਿਆ ਮੰਮੀ ਉਹਨਾਂ ਦਾ ਚੱਲ ਜਾਣਾ ਬਸ ਹੁਣ, ਹੈ ਉੱਧਰ ਜਾਣ ਨੂੰ ਵੀ ਜੀ ਕਰਦਾ, ਇੱਥੋਂ ਜਾਣ ਨੂੰ ਵੀ ਨਹੀਂ ਜੀ ਕਰਦਾ, ਕਿਆ ਬਾਤ ਆ। ਪਵਨ ਵੀ ਆ ਗਈ ਮਿਲਣ, ਕਹਿੰਦੀ ਚਾਹੇ ਮੈਨੂੰ 5 ਮਿੰਟ ਲਈ ਮਿਲ ਲਓ, 5 ਮਿੰਟ ਸਾਡੇ 2 ਘੰਟੇ ਬਿਠਾ ਕੇ ਰੱਖੀ ਵੀ ਚਾਹੀਦੀ। ਪਤਾ ਨਹੀਂ ਕਦ ਮਿਲਣਾ, ਸਹੀ ਗੱਲ ਆ, ਫਿਰ ਪਤਾ ਨਹੀਂ ਕਦੋਂ ਗੇੜਾ ਲੱਗਣਾ। ਤੇ ਅੱਜ ਅਸੀਂ ਚੱਲੇ ਆਂਗੇ ਵਾਪਸ ਘਰੇ, ਕਿਉਂਕਿ ਮੰਮੀ ਦਾ ਵੀ ਜੀ ਲਾਦਾ, ਡੈਡੀ ਵੀ ਵਿਚਾਰਾ ਸਾਈਡ ਸਾਈਡ ਜਾ ਰਹਿਣਾ ਗੁਰਦਸਤਾ, ਰਹਿਣ ਦਿੱਤੀ ਚੰਗਾ ਜੀ ਫਿਰ। ਤੇ ਛੋਟੀ ਰਹਿਣਾ ਇੱਥੇ, ਛੋਟੀ ਨੇ ਕੁਛ ਦਿਨ ਇਹ ਕੱਪੜੇ ਸਿੱਖ ਰਹੀ ਹੈ ਮੰਮੀ, ਚੰਗਾ ਮੰਮੀ ਚੱਲੇ ਅਸੀਂ, ਮੰਮੀ ਜੀ ਰਿਐਕਸ਼ਨ ਦੇਖ, ਕੋਈ ਨੀ ਕੋਈ ਨੀ, ਪਾਣੀ ਪਾਇਆ ਤੁਸੀਂ ਵੀ ਖਰਾਬ ਨਾ, ਫਿਰ ਵੀ ਖਰਾਬ ਹੋ ਗਿਆ। ਦੀਦੀ ਨੇ ਜਲੰਧਰ ਜੀ ਦੀ ਨੇ ਗੁਲਾਬ ਦਾ ਫੁੱਲ ਦਿੱਤਾ ਸੀ ਕਿੱਥੇ ਆ, ਹਾਂ ਉਹ ਕਲਮ ਲੈ ਲੇ ਚੱਲੀਆਂ ਸੰਗਤਾਂ ਫਿਰ ਮੈਂ ਚੱਲੇ, ਹਾਂ ਵੀ ਸੰਗਤੇ ਅੱਜ ਦਾ ਸੰਗ ਵੀ ਰਹਿ, ਕਰਨਾ ਕੀ ਆ ਬੋਤਲ ਚ ਪਾਉਣੇ ਨੇ, ਜਾਵੇ ਤੇਰੇ ਸਵਾਲ ਪੈ ਜੀ ਯਾਰ, ਪਾਉਣੇ ਹੀ ਕਰਦਾ ਤੁਸੀਂ ਬਸ ਪਾਉਣ ਲੱਗੇ ਪਏ ਆਧਾਰ ਕਾਰਡ ਵਾਲੀ ਜੇ ਆਉਂ। ਚਲੋ ਠੀਕ ਆ ਇਹਨਾਂ ਨੂੰ ਕਹਿਣਾ ਚਾਹੀਦਾ। ਲਓ ਵੀ ਸੰਗਤਾਂ ਚੱਲੀਆਂ, ਬਾਏ ਬਾਏ, ਠੀਕ ਆ ਲਓ ਵੀ ਹੁਣ ਆਪਾਂ ਚੱਲਦੇ ਹਾਂ, ਬਹੁਤ ਦਿਨ ਹੋ ਗਏ। ਲਓ ਜੀ ਹੁਣ ਅਸੀਂ ਪੁੱਜ ਗਏ ਆ ਘਰ, ਸੱਗੂ ਨੂੰ ਚਾਹ ਦਾ ਦੇਖੋ ਕਿੰਨਾ, ਸੱਗੂ ਮੈਡਮ ਨੂੰ ਚਾਹ ਚੜਿਆ ਪਿਆ, ਕਿੰਨੇ ਦਿਨਾਂ ਬਾਅਦ ਦੇਖਿਆ ਨਾ ਨੀ, ਸਮਾਨ ਕੱਟ ਸੱਗੂ, ਅੱਛਾ ਲਾ ਤਾ ਗੋਹਾ, ਗਹਾਰਾ ਮੰਮੀ ਨੇ ਭਰਤਾ, ਥੋੜੀਆਂ ਰਹਿ ਗਈਆਂ ਪੱਥੀਆਂ, ਸੱਗੂ ਅੱਜ ਨਹਾਤੀ ਆ, ਬਣਾ ਕੇ ਲੈ ਕੇ ਠੀਕ ਆ,
ਦਰਦ ਹੀ ਹੋ ਜਾਂਦਾ ਅੱਜ ਬਾਹਲਾ ਹੋਇਆ ਤੜਕੇ ਹੁਣ ਬੰਨੀ ਕਿਉਂ ਆ ਬਾਹ ਚ ਨਾ ਮਲਦੇ ਨੀ ਹੈਗੇ ਮਲਾਉਣੀ ਨੀ ਹੈਗੀ ਡੈਡੀ ਬਾਹ ਮਲਦੇ ਨੀ ਹੈਗੇ ਡੈਡੀ ਸਾਡਾ ਹੋ ਗਿਆ ਬਿਮਾਰ ਤੇ ਹੁਣ ਡੈਡੀ ਨੂੰ ਰੈਸਟ ਕਰਾ ਦੇਣੀ ਹੁਣ ਸਾਰੇ ਕੰਮ ਮੈਂ ਕਰਿਆ ਕਰਨੇ ਹਰਾ ਹੁਰਾ ਮੈਨੂੰ ਵੱਢ ਕੇ ਲੈ ਕੇ ਆਣਾ ਫਿਰ ਆ ਦੇ ਆ ਗੱਠਾਂ ਹੋ ਗਈਆਂ ਤੇ ਲਾ ਲੂ ਇਹਦੇ ਚ ਆ ਬਾਹ ਤੇ ਵੀ ਹੋ ਗਏ ਤੇ ਆ ਯਾਰ ਡੈਡੀਆਂ ਹੋ ਗਈਆਂ ਗੱਠਾਂ ਹੋ ਗਈਆਂ ਸੰਨਣੀ ਜ਼ਰੂਰੀ ਹੈ ਇੱਥੇ ਤੇ ਰੋਟੀ ਬਣੀ ਹੋਈ ਹੈ ਤਾਂ ਇੱਥੋਂ ਤੋਂ ਲੈ ਕੇ ਉਰੇ ਤੱਕ ਗੱਠਾਂ ਨੇ ਹੋ ਗਈਆਂ ਹੁਣ ਅਜੇ ਕਿੱਥੇ ਹੈ ਤਾਂ ਰਾਤ ਅੱਡੀ ਅੱਡੀਆਂ ਦੀਆਂ ਆ ਇੱਥੋਂ ਕਦਾ ਪੈਗਾ ਫਰਕ ਕਹਿੰਦਾ ਇੱਥੇ ਤੇ ਕਦਰ ਦੁੰਦਾ ਜੀ ਇਹ ਵੀ ਘਟ ਜੂ ਫੇਰ ਹੌਲੀ ਹੌਲੀ ਘਟ ਜੂਗਾ ਖੂਨ ਖਾਣ ਦਾ ਮੈਨੂੰ ਲਾਦਾ ਕੋਈ ਜਿਵੇਂ ਖੂਨ ਜਾ ਇਕੱਠਾ ਹੋਇਆ ਇਕੱਠਾ ਹੋ ਗਿਆ ਨਾੜਾਂ ਨਹੀਂ ਬਲੌਕ ਹੋ ਜਾਂਦੀਆਂ ਉਹ ਚੀਜ਼ ਹੋਈ ਹੋਈ ਹੈ ਇਹ ਹਾਂ ਰੋਟੀ ਬਣਨੀ ਹੈ ਉਹਨੂੰ ਪਾ ਕੇ ਉਹਨਾਂ ਨੂੰ ਪਾ ਦੇ ਤਾਂ ਕਾਲੂ 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 ਨੂੰ ਮੈਂ ਬੁਲਾ ਕੇ ਲੈ ਕੇ ਆਦੀ ਮੈਨੂੰ ਉਦੋਂ ਦੀ ਬੈਠਾ ਹੋਊਗਾ ਜਰਾ ਮੈਂ ਰੋਟੀ ਉਹਨਾਂ ਨੂੰ ਮੈਂ ਬੁਲਾ ਕੇ ਲੈ ਕੇ ਆਦੀ 25 ਰੱਸੀ ਹੋਰ ਆਈ ਸੀ ਰਵੀ ਹਾਲ ਤੱਕ ਆਇਆ ਨਹੀਂ ਹੈਗਾ ਲਓ ਵੀ ਤੁਹਾਨੂੰ ਚੁੱਲ੍ਹੇ ਦੇ ਵੀ ਦਰਸ਼ਨ ਕਰਾਈਏ ਜਲਦੀ ਹੈ ਨਾ ਚਾਹ ਪੀ ਲਈਏ ਘੁੱਟ ਬਸ ਫਿਰ ਤੁਹਾਨੂੰ ਚੁੱਲ੍ਹੇ ਦੇ ਦਰਸ਼ਨ ਕਰਾਉਣੇ ਆ ਆਮੀ ਕਹਿ ਫਿਰ ਵਧੀਆ ਤੁਹਾਡੀ ਚਾਹ ਹੋ ਗਈ ਐ ਬੜੇ ਦਿਨਾਂ ਬਾਅਦ ਮੰਮੀ ਦਾ ਅੰਗੂਠਾ ਦੇਖਣ ਨੂੰ ਮਿਲਿਆ ਲਓ ਜੀ ਮੰਮੀ ਨੂੰ ਲਗਾਉਣ ਲੱਗੇ ਦਾਲ ਨੂੰ ਤੜਕਾ ਕਿਹੜੀ ਦਾਲ ਬਣਾਈ ਮੰਮੀ ਛੋਲਿਆਂ ਦੀ ਔਰ ਮੋਠਾਂ ਦੀ ਛੋਲਿਆਂ ਤੇ ਮੋਠਾਂ ਦੀ ਦਾਲ ਬਣਾਈ ਹੈ ਤੇ ਉਹਨੂੰ ਲਗਾਉਣ ਲੱਗੇ ਤੜਕਾ ਤੇ ਇੱਧਰ ਗੁਹਾਰੇ ਨੂੰ ਅੱਧਾ ਲੇਪ ਲਾ ਤਾ ਅੱਧਾ ਰਹਿ ਗਿਆ ਨਾ ਉਸ ਤੋਂ ਬਾਅਦ ਪਰੋੜਾ ਫੇਰਾਂਗੇ ਜੇ ਇਹਨੂੰ ਸੁੱਕਣ ਨੂੰ ਟਾਈਮ ਲੱਗ ਜਾਣਾ ਗਿੱਲਾ ਪਿਆ ਸਾਰਾ ਕੁਝ ਪਹਿਲਾਂ ਇੱਥੇ ਗੋਆ ਫੇਰਿਆ ਫਿਰ ਪਰੋੜਾ ਫੇਰਿਆ ਕੰਧ ਤਾਂ ਪੂਰੀ ਹੋ ਗਈ ਸਾਫ਼ ਚੰਗੀ ਤਰ੍ਹਾਂ ਬਸ ਹੁਣ ਇਹ ਸੁੱਕ ਜੇ ਇੱਥੇ ਵੀ ਪਰੋੜਾ ਫੇਰਾਂਗੇ ਟਿੱਡੀਆਂ ਨਿਕਲ ਆਉਂਦੀਆਂ ਹਾਂ ਹੁਣ ਇਹ ਚ ਜਿੰਨੇ ਵੀ ਮੋਗੇ ਸੀ ਭਰ ਹੋ ਗਏ ਹੋਰ ਇਹਨਾਂ ਚ ਟਿੱਡੀਆਂ ਨਿਕਲ ਜਾਂਦੀਆਂ ਦਾਲ ਸਬਜ਼ੀ ਹਨੇਰੇ ਬਣਾਉਂਦੇ ਆਪਾਂ ਫਿਰ ਵੀ ਡਰ ਜਾ ਲੱਗਦਾ ਕਿਸੇ ਧੂੰਏ ਕਰਕੇ ਕਾਲੀ ਵੀ ਹੋ ਗਈ ਗੱਲ ਹਾਂ ਧੂੰਏ ਕਰਕੇ ਹੋ ਜਾਂਦੀ ਕਾਲੀ ਉੱਪਰੋਂ ਤਾਂ ਵਿਚਾਰੀ ਕਾਲੀ ਹੋਈ ਪਈ ਸੀ ਤਾਂ ਤਾਂ ਮੈਂ ਉਰੋਂ ਸਾਫ਼ ਕਰਾਂ ਮੈਂ ਕੋਈ ਇਸੋ ਨਿਕਲ ਨੁਕਲ ਨਾ ਆਵੇ ਫਿਰ ਇਹਦੇ ਮਿੱਟੀ ਫੇਰ ਕੇ ਚੱਲ ਮਿੱਟੀ ਫੇਰ ਦਾਂਗੇ ਪੀਲੀ ਹਾਂ ਮਿੱਟੀ ਫੇਰ ਦਾਂਗੇ ਸਾਫ਼ ਹੋ ਜੀ ਅੱਜ ਅਸੀਂ ਕਿੰਨੇ ਦਿਨਾਂ ਬਾਅਦ ਚੁੱਲ੍ਹੇ ਦੀ ਰੋਟੀ ਖਾਣੀ ਉੱਥੇ ਅਸੀਂ ਚੁੱਲ੍ਹਾ ਸਵਾਰ ਵੀ ਲਿਆ ਸੀ ਮਿੱਟੀ ਮੁੱਟੀ ਤਾਂ ਲਾਤੀ ਸੀ ਮੈਂ ਪਈ ਸੀ ਉੱਥੇ ਨਾਲ ਕਹਿੰਦੇ ਤਾਂ ਸਾਗ ਬਣਾਉਣੇ ਸਾਗ ਵੀ ਬਣਾਇਆ ਨਹੀਂ ਆਪਾਂ ਕਿਆ ਖਾਣਾ ਨਹੀਂ ਆਪਾਂ ਮਿੱਟੀ ਮੁੱਟੀ ਲਾ ਲਈ ਚੁੱਲ੍ਹੇ ਨੂੰ ਤੇਰੀ ਮਾਮੀ ਨੂੰ ਔਖਾ ਫਿਰ ਤਾਂ ਕੋਠੇ ਤੇ ਚੜ੍ਹਨਾ ਕਰਨਾ ਹਾਂ ਸਮਾਨ ਕੋਠੇ ਤੇ ਲੈ ਕੇ ਜਾ ਕਰੂ ਫਿਰ ਥੱਲੇ ਉਹਦੇ ਨੂੰ ਰੋਟੀ ਬਣਾ ਤਿੰਨ ਜਣਿਆਂ ਦੀ ਤਾਂ ਰੋਟੀ ਹੁੰਦੀ ਹੈ ਉਹ ਤਾਂ ਉਹ ਬਣਾਉਂਦੇ ਹੁੰਦੇ ਆ ਸਾਗ ਹੀ ਬਸ ਚੁੱਲ੍ਹੇ ਤੇ ਬਾਕੀ ਸਾਰਾ ਕੰਮ ਗੈਸ ਤੇ ਕਰਦੇ ਇਹ ਸਾਰਾ ਰਵੀ ਨੇ ਜਗਾੜ ਲਾਇਆ ਇੱਟਾਂ ਬਣੀਆਂ ਪਈਆਂ ਡੰਡੇ ਨੇ ਇਹ ਡੰਬਲ ਹੋਰ ਚੱਕਿਆ ਹੈ ਨਹੀਂ ਹਾਂ ਕੋਈ ਇੱਕ ਡੌਲੇ ਬਣਾਉਂਗਾ ਅੱਛਾ ਉਹਨੇ ਘਰੀ ਡੰਬਲ ਤਿਆਰ ਕੀਤੇ ਮੈਂ ਕਿਹਾ ਡੈਡੀ ਨੂੰ ਡੈਡੀ ਨੇ ਕਰਕੇ ਰੱਖੀਆਂ ਵੀ ਕਾਹ ਨੂੰ ਰਵੀ ਨੇ ਮੱਥਾ ਮਾਰਿਆ ਸੀ ਸਰ ਇੱਕ ਦਿਨ ਵੀ ਨਹੀਂ ਉੱਤੇ ਆਏਗਾ ਅੱਛਾ ਸਵੇਰੇ ਉੱਠ ਕੇ ਚੱਕਣ ਨੂੰ ਰਵੀ ਦੇ ਬਸ ਪ੍ਰੈਕਟੀਕਲ ਰਹਿ ਗਏ ਆ ਤੇ ਰਵੀ ਦੀ ਹੋ ਗਈ ਪਲੱਸ ਟੂ ਕੰਪਲੀਟ ਹੁਣ ਹੁਣ ਰਵੀ ਜਾਊਗਾ ਥੋੜੇ ਦਿਨ ਘਰ ਇਹਨੇ ਛੁੱਟੀਆਂ ਸੁੱਕ ਗਈ ਪਰ ਕਾਲਮ ਦਿੱਤੀ ਸੀ ਜਲੰਧਰ ਵਾਲੀ ਦੀਦੀ ਨੇ ਇੱਕ ਮਾਮੇ ਹੁਣਾਂ ਨੇ ਲਾ ਲਈ ਲਾ ਦੇ ਫੁੱਲ ਲਾ ਅੱਛਾ ਅੱਛਾ ਜਿਹੜੀ ਉਹਨਾਂ ਦੇ ਆ ਲਾ ਦੇ ਫਿਰ ਡੱਬੇ ਕਿਹੜੇ ਡੱਬੇ ਚ ਲਾਈਏ ਉਹ ਚ ਕੱਢਿਆ ਹੋਣੀ ਕਿ ਨਹੀਂ ਕਿਉਂਕਿ ਸਾਰੀ ਮੁਰਝਾ ਗਈ ਹੈ ਇਹ ਹੋ ਜੂ ਹਾਰੇ ਪੱਤੇ ਤਾਰੇ
ਚਲ ਕਲਮ ਲਗਾਤੀ ਆ ਹੁਣ ਅਸੀਂ ਦੇਖੋ ਦੀਦੀ ਕਹਿੰਦੀ ਘਰ ਜਾ ਕੇ ਲਾ ਲਿਓ ਮੈਂ ਮੈਨੂੰ ਯਾਦ ਕਰ ਲਿਆ ਕਰੂੰਗੀ ਇਸ ਬਹਾਨੇ ਨਾਲ ਤੁਹਾਡੇ ਫੁੱਲ ਨਿਕਲੇ ਉੱਪਰਲੇ ਹਰੇ ਆ ਦੋ ਚਾਰ ਸੁੱਕ ਗਏ ਇਹ ਤਾਂ ਹੁਣ ਥੋੜੇ ਦਿਨ ਤੱਕ ਪਤਾ ਲੱਗੂਗਾ ਕੀ ਬਣਦਾ ਸਾਰੇ ਜਾਣੇ ਸਾਡੇ ਚੁੱਲ੍ਹੇ ਨੂੰ ਮਿਸ ਕਰਦੇ ਇੱਧਰ ਮੰਮੀ ਨੇ ਗਹਾਰਾ ਸਿਰੇ ਤੱਕ ਲਾ ਤਾ ਦੁਬਾਰਾ ਮਾਮੀ ਮਾਮੀ ਕਹਿੰਦੇ ਰੋਣ ਲੱਗ ਗਈ ਕੀ ਹੋ ਗਿਆ ਦੀ ਰੋਣਾ ਹੈਗਾ ਫਿਰ ਇੰਨੇ ਪਿਆਰ ਨੂੰ ਨਾ ਉਹ ਤਾਂ ਤੁਸੀਂ ਸਿਰ ਪਾੜ ਕੇ ਰੱਖ ਦੀ ਇੱਕ ਦੂਜੇ ਦਾ ਟਾਂਕੇ ਲਾਏ ਤੇ ਮੈਂ ਟਾਂਕੇ ਲਾਏ ਤੇ ਆਹ ਦੇਖ ਫਿਰ ਇੱਥੇ ਲੱਗੇ ਨੇ ਜਸ ਦੇ ਆਹ ਲੱਗੇ ਨੇ ਦੇਖੋ ਕਿੱਡਾ ਟਾਂਕਾ ਦੇਖੋ ਮੰਮੀ ਤੇਰਾ ਜੀ ਲੱਗੇ ਨੀ ਸੱਚੀ ਮੰਮੀ ਤੇਰਾ ਜੀ ਲੱਗੇ ਨੀ ਸੱਚੀ ਲੈ ਡੈਡੀ 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 ਕਹਿੰਦਾ ਆ ਜਾਓ ਜਲਦੀ ਕਮਰੇ ਸੁਣਨੇ ਪੈਣੇ ਰਜਾਈਆਂ ਤਾਂ ਨਹੀਂ ਜੀ ਨਹੀਂ ਲੱਗਦਾ ਤੀ ਹੈ ਸੱਚ ਦੱਸ ਲੈ ਫਿਰ ਮੈਨੂੰ ਆ ਕੇ ਤੂੰ ਜੱਫੀ ਤਾਂ ਪਾਈ ਨੀ ਹੈਗੀ ਜੇ ਤੇਰਾ ਜੀ ਨੀ ਲੱਗਦਾ ਤੀ ਹੈ ਡੈਡੀ ਸੱਟ ਦਾ ਮੋਢਾ ਬੰਨਿਆ ਹੋਇਆ ਦੇਖੋ ਡੈਡੀ ਦਾ ਬੁੰਮ ਸੱਟ ਲੱਗੀ ਡੈਡੀ ਕਰਕੇ ਰੱਖਦਾ ਰਾਤ ਨੂੰ ਵੀ ਆਈ ਕਰੀ ਜਾਂਦਾ ਵੀ ਰਾਤ ਡੈਡੀ ਬਹੁਤ ਔਖਾ ਸੀਗਾ ਤੇ ਹੁਣ ਅਸੀਂ ਆ ਗਏ ਡੈਡੀ ਨੂੰ ਕੱਲ ਨੂੰ ਦਿਖਾਏ ਹੋਣੇ ਕਿਸੇ ਡਾਕਟਰ ਕੋਲ ਕੱਲ ਨੂੰ ਚੱਲਦੇ ਨਹੀਂ ਦਿਖਾਉਣ ਪਹਿਲਾਂ ਤੈਨੂੰ ਮੇਨ ਗੱਲ ਦੱਸ ਦਈਏ ਅਸੀਂ ਗਏ ਸਰਕਾਰੀ 'ਚ ਦਿਖਾਉਣ ਤੇ ਡੈਡੀ ਇੰਨਾ ਔਖਾ ਸਰਕਾਰੀ ਦੇ ਵਿੱਚ ਡਾਕਟਰ ਨੇ ਡੈਡੀ ਦੇ ਹੱਥ ਲਾ ਕੇ ਨਹੀਂ ਕਿਤੇ ਦੇਖਿਆ ਡੈਡੀ ਤੋਂ ਕੋਈ ਬਿਮਾਰੀ ਨਹੀਂ ਪੁੱਛੀ ਡੈਡੀ ਤੈਨੂੰ ਕੀ ਪੁੱਛੇ ਦੱਸੀ ਉਹ ਕਹਿੰਦਾ ਵੀ ਕਿੱਥੇ ਦਰਦ ਹੁੰਦਾ ਮੈਂ ਆਹ ਚੀਜ਼ ਤੇ ਇੱਥੇ ਦੇਖੋ ਸਾਰੇ ਦਰਦ ਹੁੰਦਾ ਬਸ ਡੈਡੀ ਤੋਂ ਸਿਰਫ ਇੰਨਾ ਪੁੱਛਿਆ ਕਿੱਥੇ ਦਰਦ ਹੁੰਦਾ ਡੈਡੀ ਨੇ ਹੱਥ ਲਗਾਤਾ ਇੱਥੇ ਡੈਡੀ ਨੂੰ ਦਵਾਈ ਲਿਖਤੀ ਇਕੱਲਾ ਸਿਰਫ ਦਰਦ ਐਂ ਨਹੀਂ ਪੁੱਛਿਆ ਹੋਰ ਕੀ ਪ੍ਰੋਬਲਮ ਕੀ ਆ ਕਿਵੇਂ ਹੋਇਆ ਇੰਨਾ ਕੁ ਤਾਂ ਫਰਜ਼ ਬਣਦਾ ਨਾ ਡਾਕਟਰ ਦਾ ਯਾਰ ਕਮਾਲ ਕਰੀ ਜਾਂਦੇ ਤੁਸੀਂ ਬੰਦਾ ਔਖਾ ਹੋਵੇ ਮਾਨ ਸਾਹਿਬ ਨੂੰ ਬੇਨਤੀ ਆ ਮਾਨ ਸਾਹਿਬ ਤੱਕ ਵੀਡੀਓ ਪਹੁੰਚਾ ਦਿਓ ਪਰ ਇਹ ਪਹੁੰਚਣੀ ਤਾਂ ਹੈ ਨਹੀਂ ਪਰ ਪਹੁੰਚਾ ਦੇ ਕੋਈ ਹੋਸਪਿਟਲ 'ਚ ਇੰਨਾ ਬੁਰਾ ਹਾਲ ਆ ਡਾਕਟਰ ਨੂੰ ਮਾੜਾ ਮੋੜਾ ਖਿੱਚ ਕੇ ਰੱਖੋ ਹੈ ਨਾ ਡੀ ਡੋਡੀ ਗਰਮੀ ਕਿੰਨੀ ਉੱਧਰ ਯਾਰ ਕੋਈ ਨੀ ਟੀਕਾ ਲਾਉਣਾ ਹੋਰ ਮੰਮੀ ਆਇਆ ਕਿ ਮੈਂ ਟੀਕਾ ਲਾ ਦੂੰਗਾ ਕਾਹਦਾ ਟੀਕਾ ਲਾ ਦੂੰ ਮਾਰਨ ਦਾ ਵਾਹ ਮੰਮੀ ਇਹ ਤੇ ਮੰਮੀ ਹਾਲੇ ਡਰਦੀ ਵਾਲੀ ਹੁਣ ਤਾਂ ਠੀਕ ਆ ਮੰਮੀ ਪਤਲੀ ਹੋ ਗਈ ਹੁਣ ਤੂੰ ਇਹਦਾ ਮਤਲਬ ਤੇਰਾ ਫਰਕ ਪੈਣ ਲੱਗ ਗਿਆ ਕਿਹਦਾ ਤੇਰਾ ਸਰੀਰ ਪਤਲਾ ਹੋ ਗਿਆ ਮੰਮੀ ਦੇ ਸੱਲੇ ਪਵਾਏ ਮੰਮੀ ਸੱਚ ਕਮੈਂਟ ਆਇਆ ਸੀ ਕਹਿੰਦੇ ਸਾਨੂੰ ਦੱਸਿਓ ਆਂਟੀ ਸੱਲੇ ਕਿੱਥੋਂ ਪਵਾ ਗਏ ਕਿੱਥੋਂ ਸੱਲੇ ਪਵਾ ਗਏ ਕਹਿੰਦੇ ਸੀ ਬਰਨਾਲੇ ਕਿੱਥੇ ਸੇਖੇ ਵਾਲੇ ਫੜਕਾਂ ਤੇ ਸੇਖੇ ਵਾਲੇ ਫੜਕਾਂ ਤੋਂ ਸੇਖੇ ਵਾਲੇ ਫੜਕਾਂ ਤੇ ਸੱਲੇ ਪਾਉਂਦੇ ਮੰਮੀ ਉੱਥੇ ਪਵਾ ਕੇ ਪਰ ਫਰਕ ਹੌਲੀ ਹੌਲੀ ਪਊਗਾ ਹਜੇ ਤੱਕ ਮੈਂ ਦਵਾਈ ਤਾਂ ਲੈਤੀ ਨਹੀਂ ਉਹਦਾ ਮਤਲਬ ਹੁਣ ਤੇਰੇ ਅੱਗੇ ਜਿੰਨੀ ਤਕਲੀਫ ਤਾਂ ਨਹੀਂ ਹੁੰਦੀ ਅੱਗੇ ਜਿਵੇਂ ਤੂੰ ਦਵਾਈ ਖਾਂਦੀ ਸੀਗੀ ਉਹ ਹਟਦੀ ਨਹੀਂ ਸੀ ਦਰਦ ਨਹੀਂ ਹਟਦਾ ਸੀ ਗੋਲੀਆਂ ਖਾ ਕੇ ਵੀ ਹੁਣ ਹਟਦਾ ਮਿੰਨਾ ਮਿੰਨਾ ਹੋਈ ਜਾਂਦਾ ਮਤਲਬ ਅੱਗੇ ਜਿੰਨਾ ਤਾਂ ਨਹੀਂ ਹੁੰਦਾ ਆ ਇੱਥੋਂ ਨਹੀਂ ਤੁਰਿਆ ਜਾਂਦਾ ਜੀ ਨਹੀਂ ਅੱਗੇ ਜਿੰਨਾ ਦਰਦ ਹੁੰਦਾ ਉਹ ਦੱਸ ਹੁਣ ਤਾਂ ਉੱਠ ਖੜਦੀਆਂ ਇਹ ਤਾਂ ਐਂ ਤਾਂ ਹੁਣ ਉੱਠ ਖੜਦੀਆਂ ਪਰ ਮੰਮੀ ਨੂੰ ਫਰਕ ਪੈ ਗਿਆ ਮੰਮੀ ਬਰਨਾਲੇ ਸੇਖ ਵਾਲੇ ਫੜਕਾਂ ਤੇ ਗਈ ਤੇ ਥੱਲੇ ਪਵਾ ਕੇ ਆਈ ਆ ਫਰੀ ਪਾਏ ਨੇ ਮੰਮੀ
ਮੰਮੀ ਕਹਿੰਦੀ ਉਹ ਆਪਦੀ ਮਰਜ਼ੀ ਹੈ, ਦਸ ਪਾ ਦੇ ਗੱਲੇ ਚਾਹੇ ਨਾ ਪਾਓ ਤਾਂ ਵੀ ਕੋਈ ਚੱਕਰ ਨੀ, ਸੱਲੇ ਪਾਉਂਦੇ ਨੇ। ਹਾਂ ਵੀ ਮੋਹਨ ਸਾਹਿਬ ਆਟਾ ਗੁੰਨ ਲਿਆ ਮੋਹਨ ਸਾਹਿਬ। ਓ ਜੀ ਕਹਿੰਦੇ ਕੌਣ ਆ ਗਿਆ, ਕਹਿੰਦੇ ਰਵੀ ਆ ਗਿਆ, ਕਹਿੰਦੇ ਆ ਮੋਟਾ ਹੋ ਗਿਆ, ਮੋਟਾ ਗਿਆ ਉਰੇ ਆ ਰਵੀ, ਉਰੇ ਆ, ਇਹ ਸ਼ਰਮਾ ਗਿਆ ਮੁੰਡਾ ਮੈਨੂੰ ਲਾਦਾ। ਓ ਰਵੀ ਆ ਕੀ ਉਰੇ ਤਾਂ ਕੇ ਦੱਸ ਕਿਵੇਂ ਆ, ਉਹ ਕੀ ਆ ਹੈ ਦੱਸਦਾ ਸੀ, ਉਹ ਕੀ ਬਣਾਇਆ ਰਵੀ, ਉਹ ਕੀ ਬਣਾਇਆ ਹੈ ਨਾ ਡੈਡੀ ਗਾ, ਰਵੀ ਨੇ ਬਣਾਇਆ ਡੈਡੀ ਦਾ, ਡੈਡੀ ਨੇ ਸੀ ਉਹ ਮੋਟਾ ਦਾ, ਡੈਡੀ ਤਾਂ ਦੁਖਦਾ ਗਾ ਆ, ਫਿਰ ਡੈਡੀ ਕਹਿੰਦਾ ਮੈਂ ਐਕਸਰਸਾਈਜ਼ ਕਰਿਆ ਕਰ ਉਹਦੇ ਨਾਲ, ਦੱਸੀ ਕਿਹਨੇ ਬਣਾਇਆ, ਡੈਡੀ ਨੇ ਬਣਾਇਆ ਸੀ ਤਾਂ ਸੌਂਕ ਆ, ਡੈਡੀ ਨੇ ਬਣਾਇਆ ਸੌਂਕ ਆ, ਡੰਡਾ ਡੈਡੀ ਨੇ ਕੜਿਆ ਜੀ ਬਸਲਾ ਜੀ, ਆ ਫਿਰ ਬਾਕੀ ਕਿਹਨੇ ਕੀਤਾ, ਫਿਰ ਮੈਂ ਡੈਡੀ ਨੇ ਯੋਗਦਾਨ ਪਾਇਆ ਸੀ ਆ, ਕਾਦੇ ਵਾਸਤੇ, ਡੈਡੀ ਕਹਿੰਦਾ ਮੈਂ ਡੰਬਾ ਲਾਇਆ ਕਰੂੰ, ਸੌਂਕ ਆ ਵੀ ਡੈਡੀ ਨੇ ਆਇਆ ਕਿਹਾ ਦੀ, ਲੈ ਦੱਸ ਤੂੰ ਦੱਸ ਤੂੰ ਆਇਆ ਕਿਹਾ ਵੀ ਰਵੀ ਕਹਿੰਦਾ ਰਵੀ ਨੇ ਬਣਾਇਆ ਸੀ ਉਹ ਡੌਲੇ ਬਣਾਉਣ ਵਾਸਤੇ, ਰਵੀ ਕਹਿੰਦਾ ਮੈਂ ਡੌਲੀਆਂ ਬਣਾਉਣੀਆਂ ਨੇ ਆਪਣੀਆਂ, ਹੈ ਓਏ ਰਵੀ ਦੱਸੀ ਦੱਸ ਦਸੀ ਰਵੀ, ਰਵੀ ਦਾ ਔਖਾ ਹੀ ਆ ਰਵੀ ਦਾ ਕੰਮ, ਰਵੀ ਨੂੰ ਜਿੰਮ ਜਮੈਣ ਕਰਾਉਣੇ ਵੀ ਇਹਦਾ ਡੌਲੀਆਂ ਦੀ ਜਗ੍ਹਾ ਡੌਲੇ ਬਣ ਹੈ ਰਵੀ ਓਏ। ਹਾਂ ਮੀ ਉਹਦਾ ਵੀ ਕਰ ਦਿਆਂ, ਆ ਕੀ ਬਣਾਇਆ ਡੈਡੀ, ਲੇਪ ਬਣਾਇਆ ਕਾਹਦਾ, ਬੇਸ ਪੱਥਰ ਚੱਟ ਆ ਮੇਰੇ, ਪੱਥਰ ਚੱਟ ਕੀ ਡੈਡੀ, ਪਤਾ ਨਹੀਂ ਪੱਥਰ ਚੱਟੀ ਆ, ਇੱਕ ਉੱਥੇ ਹੀ ਬਣਾ ਕੇ ਲੈ ਕੇ ਆਇਆ, ਉਹ ਵੀ ਬਣਨ ਦਾ ਨਹੀਂ, ਉਹ ਵੀ ਬਣਨ ਲੈਣਾ, ਰੋਜ਼ ਹੀ ਬੰਨਿਆ ਹੁੰਦੀ ਆ ਰੋਟੀ ਤਾਂ, ਰੋਟੀ ਬੰਨੀ ਹੁੰਦੀ ਆ ਕਵਾਸੀ, ਕਵਾਸੀ ਰੋਟੀ ਉਹਨਾਂ ਦੀ ਬਣਾ ਕੇ ਲੈ ਕੇ ਆਉਣਾ, ਅੱਛਾ ਫਿਰ ਘਰੇ ਬੰਦਾ ਨੇ ਲਾ ਕੇ ਦੋ ਤਾਂ ਨੇ, ਤੁਸੀਂ ਕੱਪੜੇ ਨਹੀਂ ਚੇਂਜ ਕਰਨੇ ਤੇ, ਮੈਂ ਨਾ ਆਉਂਗੀ ਰੋਟੀ ਬਣਾ ਕੇ ਅੱਜ, ਫਿਰ ਅੱਛਾ ਗਰਮਾ ਗਰਮ ਰੋਟੀ, ਮੇਰਾ ਤਾਂ ਰੋਟੀ ਖਾਣ ਨੂੰ ਜੀ ਕਰੀ ਜਾਂਦਾ, ਖਾ ਲਾ ਚਟਾਈ ਕਿੱਥੇ ਨਮਾਜ਼ ਪੜ੍ਹ ਕੇ, ਜੀ ਨੀ ਲੱਗਦਾ ਨੰਬਰਦਾਰ ਬਿਨਾ, ਕਹਿੰਦਾ ਕਾਣ ਏਦੀ ਕਹਿੰਦਾ ਹੁੰਦਾ, ਜੀ ਨੀ ਲੱਗਦਾ ਨੰਬਰਦਾਰ ਬਿਨਾ, ਕਬ ਆਏਗਾ ਨੰਬਰਦਾਰ, ਰੌਣਕ ਰੌਣਕ ਖੇਡ ਜਾਂਦਾ, ਉਹਦੀ ਮੈਂ ਹਾਸੀ ਬਹੁਤ ਬਣਾਉਣਾ ਨਾ ਵਿਚਾਰੇ ਦੀ, ਕਸ਼ਮੀਰੀ ਭਾਈ ਆ ਵਿਚਾਰਾ, ਉਹ ਆਉਂਦਾ ਹੁੰਦਾ ਨਾ ਉਹ ਜਦੋਂ ਵੀ ਆਉਂਦਾ ਨਾ, ਚੱਲ ਠੀਕ ਉਹ ਘਰ ਬਾਰ ਛੱਡ ਕੇ ਵਿਚਾਰੇ ਨਾ ਆਉਂਦੇ, ਮੈਂ ਉਹਨੂੰ ਇੰਨਾ ਹਸਾਉਣਾ ਨਾ ਇੰਨੀਆਂ ਗੱਲਾਂ ਕਰਕੇ, ਮੈਨੂੰ ਨੰਬਰਦਾਰ ਕਹਿੰਦਾ, ਨੰਬਰਦਾਰ ਬਹੁਤ ਰੌਣਕ ਲਗਾਤਾ, ਚਲੋ ਹੱਸ ਖੇਲਣਾ ਹੀ ਆ ਨਾ, ਕੋਈ ਚੱਕਰ ਨਹੀਂ, ਜ਼ਿੰਦਗੀ ਹੱਸੀ ਖੇਲ ਕੇ ਕੱਟਣੀ ਚਾਹੀਦੀ ਆ, ਹਨਾ ਮੀ ਜਦੋਂ ਹੁਣ ਰੋਣਾ ਥੋੜੀ ਆ, ਸਾਰੀ ਉਮਰ ਲੰਘੀ ਰੋਂਦੇ ਨੀ, ਹੁਣ ਤੂੰ ਤੇ ਜਸ ਰੋਇਆ ਕਰੋ ਦੋਨੇ ਜਾਣੀਆਂ, ਇੱਕ ਦੂਜੇ ਦੇ ਜੁੰਡੇ ਪੱਟ ਪੱਟ ਕੇ, ਹੋਰ ਹੁਣ ਸਾਰੀ ਉਮਰ ਹੀ ਰੋਈ ਜਾਵਾਂਗੇ, ਨਿੱਕੀ ਨਿੱਕੀਆਂ ਦੇ ਤਾਂ ਪੱਲੇ ਪਿਆ ਹੋਇਆ ਤੀ ਰੋਣਾ, ਹੁਣ ਤਾਂ ਅੱਖਾਂ ਵੀ ਇੰਨੀਆਂ ਹੋਣ ਵਾਲੀਆਂ ਹੋ ਗਈਆਂ, ਮੰਮੀ ਨੇ ਇਹ ਗੱਲਾਂ ਤਾਂ ਕਰਦੇ ਨੇ ਕਿਉਂਕਿ ਮੰਮੀ ਦੇ ਫਾਦਰ ਸਾਹਿਬ ਛੋਟੀ ਉਮਰ 'ਚ ਐਕਸਪਾਇਰ ਹੋ ਗਏ ਸੀ, ਇਹ ਚੱਲ ਕੋਈ ਨਹੀਂ, ਹੁਣ ਤੇਰੇ ਹੱਸਣ ਖੇਲਣ ਦੇ ਦਿਨ ਆ ਗਏ, ਮੰਮੀ ਮੰਮੀ ਹੱਸ ਕੇ ਦਿਖਾਈ, ਮੰਮੀ ਇੱਦਾਂ ਕਰੀ ਮੇਰੇ ਕਨੀ ਮੂੰਹ ਕਰੀ, ਮੰਮੀ ਮੰਮੀ ਮੇਰਾ ਮੂੰਹ ਦੇਖ ਇੱਧਰ ਦੇਖੀ ਇੱਧਰ, ਈ ਕਰੀ 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 ਤਾਂ ਸੀ, ਈ ਐਦਾਂ ਕਰ ਕਰਤਾ ਸੀ, ਹੋਰ ਕਰਤਾ ਸੀ ਕਰੀ ਕਰਦਾ, ਮੇਰਾ ਮੋਢਾ ਦੁਖਦਾ ਇੱਧਰ ਲਾ, ਹੋਰ ਮੇਰੇ ਮੋਢੇ 'ਚ ਵੀ ਭੂਤ ਆ ਗਿਆ ਡੈਡੀ, ਹੋਰ ਮੇਰਾ ਵੀ ਦੁਖਦਾ ਮੋਢਾ ਤਾਂ।
ਮੈਂ ਤਾਂ ਦੱਸਦੀ ਨੀ ਹੁਣ ਮੈਂ ਕੀ ਕਰਾਂ, ਸਾਰੇ ਤਾਂ ਪਟਣ ਵਾਹੀ ਵਾਹ ਵਾਹੀ ਵਾਹ, ਮੈਂ ਤਾਂ ਬੈਠਾ ਇੱਕ ਤਾਂ ਬੈਠੀ ਆ ਹੁਣ ਮੈਂ ਵੀ ਕੀ ਕਰਾਂ। ਮੰਮੀ ਕੱਲ ਨੂੰ ਵਧੀਆ ਚੀਜ਼ ਬਣਾ ਕੇ ਖਵਾ ਚੱਲੇ, ਇਹਨੇ ਤਾਂ ਨਾ ਮੈਨੂੰ ਜਾਉਣਾ ਔਖਾ ਕਰਿਆ। ਰਵੀ ਚਟਾਈ ਬਣਾਈ ਆ ਤੂੰ, ਕਿੱਥੇ ਪਈ ਜੇਗੀ ਚੀਜ਼? ਮੰਮੀ ਕਹਿੰਦੀ ਖਾਣ ਨੂੰ ਬਾਅਦ ਬਹੁਤ ਕੁਛ ਕਰਦਾ ਏ। ਮੰਮੀ ਨੇ ਤਾਂ ਹੁਣ ਸੱਲੇ ਪਾ ਕੇ, ਹੁਣ ਤਾਂ ਇਹਨੂੰ ਦਵਾਈ ਦੀ ਵੀ ਲੋੜ ਨਹੀਂ, ਸੱਚੀ ਨਹੀਂ ਖਾਂਦੀ ਇਹ ਨਹੀਂ। ਮੈਂ ਤਾਂ ਇਹਨਾਂ ਨੇ ਕੰਜਰਾਂ ਨੇ ਦਵਾਈ ਖਾਣੀ ਨਹੀਂ, ਮੰਮੀ ਖਾਂਦੀ ਏ ਨਹੀਂ। ਰਵੀ ਤਾਂ ਕਹਿੰਦਾ ਖਾ ਰਹੀ ਆ, ਇਹ ਕਹਿੰਦਾ ਪਤਾ ਵੀ ਲੱਗੇ ਵੀ ਤੂੰ ਸੱਲੇ ਵੀ ਖਾਣੀ। ਰੋਟੀ ਲਿਆ ਫਿਰ ਭਾਂਡੇ ਚੱਕ ਕੇ ਚੱਲ ਰੋਟੀ ਖਾਈ। ਓਏ ਆ ਭੈਣੇ ਉਧਰ ਨੀ, ਅੱਛਾ ਹੱਥ ਧੋਲਾ ਧੋਲਾ ਫਿਰ ਤਾਂ ਰੋਟੀ ਖਾ ਲਈਏ, ਬੜੇ ਦਿਨ ਹੋ ਗਏ ਚੁੱਲ੍ਹੇ ਤੇ ਬਹਿ ਕੇ ਰੋਟੀ ਨੀ ਖਾਧੀ। ਡੈਡੀ ਦਾ ਮੋਢਾ ਠੀਕ ਹੋਣਾ, ਡੈਡੀ ਤੋਂ ਕਟਾਵਾਂ। ਮਾਮੀ ਨੂੰ ਧਰੇ ਕੱਚੀ ਜੀ ਰੋਟੀ, ਮੂੰਹ ਮੈਂ ਮਰ ਜਾਵਾਂਗੀ। ਕੱਲ ਭਰਿੰਡੀਆਂ ਕੱਟ ਕੱਟ ਕੇ ਲੰਬਾ ਹੋਣ ਦੀ ਬਦਨ ਦੀ ਇਹਨੇ ਦਵਾਈ ਖਾਣੀ ਆ। ਹਾਂ ਇੱਕ ਗੁੜ ਦੀ ਡਲੀ, ਇੱਕ ਗੰਡਾ। ਤੇ ਵੀਡੀਓ ਵੀਡੀਓ ਜ਼ਿਆਦਾ ਦੇਖਣ ਲੱਗ ਗਏ ਲਾਵਾ ਉਹਦੀ। ਡੈਡੀ ਨੇ ਦੇਖੀ ਜੀ ਆ ਵੀ ਉਹੀ ਦੇਖੀ ਜੀ ਕਾਡੀ ਬਣਾ ਕੇ। ਮੰਮੀ ਤਿਆਰ ਰੋਟੀ ਖਾਈਏ ਹੁਣ, ਬਾਅਦ ਚ ਮਿਲਦੇ ਆ। ਮਤਲਬ ਰੋਟੀ ਖਾ ਲਈਏ ਵਧੀਆ ਜੀ। ਕਹਿੰਦੇ ਸੱਗੂ ਨੇ ਰੋਟੀ ਨੀ ਖਾਧੀ ਮੇਰੀ ਪੋਤਰੀ ਨੇ, ਅੱਜ ਰੋਟੀ ਖਾਊਗੀ ਮੇਰੇ ਹੱਥੋਂ। ਆ ਜਾ ਨੀ ਬੁੱਤ, ਆ ਜਾ ਖਾਦ ਲਾ ਲੂ ਲੈ। ਖਾਂਦੀ ਆ ਇਹ, ਕਿਵੇਂ ਹੋ ਸਕਦਾ ਵੀ ਮੈਂ ਰੋਟੀ ਪਾਵਾਂ ਸੱਗੂ ਨਾ ਖਾਵੇ? ਮੰਨਦੇ ਹੋ? ਕਿੰਨੇ ਦਿਨ ਹੋ ਗਏ ਸੱਗੂ ਰੋਟੀ ਖਾਧੀ? ਜਿੱਥੇ ਕਿਉਂ ਦੇ ਦੀ, ਇੱਕ ਦਿਨ ਸਾਡੇ ਕੋਲ ਰੋਟੀ ਖਾਂਦੀ ਸੀ ਸੱਗੂ, ਦੇਖ ਲੋ। ਅੱਜ ਆ ਕੇ ਰੋਟੀ ਸ਼ੁਰੂ ਕਰਤੀ ਸੱਗੂ ਨੇ, ਜੇ ਮੈਂ ਵੀ ਖਾ ਲਾਂ ਸੱਗੂ ਦੇ ਨਾਲ ਨਾਲ। ਸੱਗੂ ਆ ਜਾ, ਹੋਰ ਖਾਵਾਂ, ਉਹ ਹੋਰ ਪਾਵਾਂ। ਲਓ ਜੀ ਰੋਟੀ ਖਾ ਲਈ ਆ ਗਈ, ਤੇ ਇੱਧਰ ਮੰਮੀ ਖਾ ਰਹੀ ਆ ਨਾਲ ਨਾਲ ਵਲੋਗ ਦੇਖਣ ਲੱਗੀ ਵੀ ਮੰਮੀ। ਇੱਧਰ ਮੋਹਨ ਸਾਹਿਬ ਭਾਂਡੇ ਧੋ ਰਿਹਾ। ਲਈ ਮਿੱਤਰੋ ਵਲੋਗ ਵਧੀਆ ਲੱਗੇ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ, ਕਰ ਦਿਆ ਕਰੋ, ਠੀਕ ਆ ਹਨਾ ਮੰਮੀ। ਇੱਧਰ ਸੱਗੂ ਸਾਡੀ, ਸੱਗੂ ਹਾਲੇ ਵੀ ਆਸ ਰੱਖ ਰਹੀ ਹੈ ਕਿਉਂਕਿ ਉਹ ਸਾਹਮਣੇ ਇੱਕ ਖੀਰਾ ਪਿਆ ਜੀ, ਮੈਨੂੰ ਕੋਈ ਖੀਰਾ ਪਾਊ। ਆਹ ਦੇਖੋ ਹੈਂ, ਮੈਂ ਕਿਹਾ ਹੁਣ ਅਸੀਂ ਛੁੱਟੀਆਂ ਕੱਟ ਕੇ ਆ ਰਹੇ ਹੁਣ ਤੁਹਾਨੂੰ ਸਾਰੇ ਘਰ ਵਾਲੇ ਬਲੌਗ, ਹੁਣ ਸਾਰੇ ਘਰ ਵਾਲੇ ਬਲੌਗ ਮਿਲਣਗੇ। ਛੁੱਟੀਆਂ ਗਏ ਸਾਨੂੰ, ਛੁੱਟੀਆਂ ਕੱਟ ਕੇ ਆ ਗਏ।